ਅੱਠ ਉਂਟਲੇ ਮਾਸ਼ਾ ਵਾਹ ਜੀ ਵਾਹ ਕਰੇ ਵੀ ਲੈ ਭਾਜੀ ਨਾਲ ਕਿੰਨੇ 24 ਬੱਕਰੇ ਲੈ ਸੀ ਉਹ ਬੋਤਲ ਲੈ ਆਇਓ ਤੂੰ ਨਾਲੇ ਕੁਰਸੀ ਲੈ ਭਾਜੀ ਨੂੰ ਬਿਠਾ ਮਸਲਾ ਹੈ ਕਿ ਇਹ ਸਾਰੀ ਬੁਕਿੰਗ ਹੈ ਨਾ ਜਿਹੜੀ ਹਾਂਜੀ ਇਹ ਅਗਲੇ ਸਾਲ ਵਾਸਤੇ ਕਰਵਾਈ ਮੈਂ ਓ ਨੋ ਆ ਜਿੰਨਾ ਕੁਛ ਤੂੰ ਮੈਨੂੰ ਗਣਾਇਆ ਮੈਂ ਤੇ ਜ਼ਿਹਨੀ ਤੌਰ ਤੇ ਕਮੇਟੀਆਂ ਦੇ ਬੈਠਾ ਬਿੱਲ ਦੇ ਬੈਠਾ ਘਰ ਦੇ ਵਿੱਚ ਏਸੀ ਲਵਾ ਬੈਠਾ ਆਰਡਰ ਆਇਆ ਵਾ 60 ਬੱਕਰੀਆਂ ਦਾ ਤੇ 15 ਵੜੇ ਕਰਨੇ ਆ ਤੇ 20 ਆਪਾਂ ਊਂਠ ਕਰਨੇ ਆ ਉਹ ਤੇਰੇ ਕੋ ਹਵਾ ਨਹੀਂ ਭਰੀ ਜਾਂਦੀ ਉਹ ਫੂਕ ਮਾਰੀ ਨਾ ਜੇ ਦੇਨੇ ਵਾਲਾ ਜਾਬੀ ਦਿੱਤਾ ਦਿੱਤਾ ਛੱਪੜ ਪਾਰ ਕੇ ਵਾਹ ਮੇਰੇ ਮਾਲਕ ਵੱਡੀ ਦੌਣ ਦੀ ਦਿਹਾੜੀ ਚੰਗੀ ਤੁੰਨ ਕੇ ਲੱਗਣੀਆਂ ਹੈ ਮੈਂ ਤਾਂ ਕਹਿਣਾ ਕਿਤੇ ਰੋਜ਼ ਹੀ ਦੋਵੇਂ ਕਿ ਸਾਡੀ 40-50 ਹਜ਼ਾਰ ਰੁਪਏ ਦੀ ਦਿਹਾੜੀ ਲੱਗੇ ਉਹ ਮਾਨੇ ਮੇਰੀ ਸੁਣ ਲੈ ਗੱਲ ਵੱਡੀ ਤੇ ਜਦੋਂ ਡੰਗਰ ਕਰਨ ਜਾਣਾ ਬੱਕਰੇ ਨੂੰ ਦੇਣਾ 2 ਮਿੰਟ ਤੇ ਵੈਲ ਨੂੰ ਦੇਣੇ 8 ਮਿੰਟ ਇਸ ਤੋਂ ਜ਼ਿਆਦਾ ਟਾਈਮ ਨਹੀਂ ਲਾਉਣਾ ਤੂੰ ਠੀਕ ਹੈ ਨਾ ਤੇ ਟਾਈਮ ਨਾਲ ਪਹਿਲੇ ਸੌ ਜਾਣਾ ਮਤਾ ਈਦ ਵਾਲੇ ਦਿਨ ਤੂੰ ਸੁੱਤਾ ਆਵੇਂ ਅਸਲਾਮ ਅਲੈਕੁਮ ਨਾਜ਼ਰੀਨ ਆਪਕਾ ਮੇਜ਼ਬਾਨ ਜ਼ੈਨ ਬਾਬੂ ਆਪਕੀ ਖਿਦਮਤ ਮੇਂ ਹਾਜ਼ਰ ਹਾਂ ਔਰ ਆਪ ਦੇਖ ਰਹੇ ਉਰਦੂ ਪੁਆਇੰਟ ਈਦ ਉਲ ਅਜ਼ਹਾ ਕੀ ਆਮਦ ਆਮਦ ਆਇਆ ਔਰ ਕਸਾਈਓ ਕੀ ਦਿਹਾੜੀਆਂ ਲਗਣਾ ਸ਼ੁਰੂ ਹੋ ਚੁੱਕੀ ਹੈ ਅਭੀ ਸੇ ਬੁਕਿੰਗ ਇਹਨਾਂ ਨੇ ਕਰਨਾ ਸ਼ੁਰੂ ਕਰ ਦੀ ਹੈ ਔਰ ਈਦ ਕੇ ਉੱਪਰ ਕਿਸ ਕਿਸ ਤਰੀਕੇ ਸੇ ਕਿਤਨੇ ਕਿਤਨੇ ਰੇਟ ਮੇਂ ਔਰ ਕਿਤਨੇ ਕਿਤਨੇ ਟਾਈਮ ਮੇਂ ਬੈਲ ਬਚੜੇ ਬੱਕਰੇ ਔਰ ਊਂਟ ਕੀਏ ਜਾਏਂਗੇ ये सारा कुछ तो इन्हीं से जानेंगे लेकिन आज मैंने एक सील मुर्गा जो है वो जिबा करवाना है उसकी बुकिंग करवानी है मैंने ईद के लिए अब क्या होने वाला है ये सारा कुछ जानते हैं एक कसाई से सर जी ईद की आमद आमद है हाँ जी जी क्या बात है जी ईद आउंड है जी ईद अल अज़हा माशाल्लाह और बकरे बच्चे जिबा करवाने के लिए लोग आ रहे होंगे मैं कहा जी असि तो आर्डर बुक भी कर दिते मैं कहना कि ईद तो रोज होनी चाहिए साड़ी दिहाड़ी लगनी चाहिए है बिल्कुल जी दिहाड़ी लगनी चाहिए सर जी ऊँट जो है उसका क्या ले रहे हैं वैसे इस ईद पे भाई ऊँट का असं लवेंगे जी अपना 45,000 रुपया जिबा करने का नाल लवेंगे एक पावा अच्छा ऊँट 45,000 रुपया और साथ एक पावा भी हाँ जी साथ हाँ जी नाल एक पावा तो पावा लाजमी लेना और भाजी साडा शगन होंगे किसाइया का शगन होंगे इस तरह करना ना ऊँट जिबा करके ਹੋਰ ਦਾ ਪਾਵਾ ਅਖਤਰ ਲਾਵਾ ਲਾਇਓ ਉਹ ਸਾਨੂੰ ਨਹੀਂ ਚਾਹੀਦਾ ਉਹ ਤੇ ਹੁਣ ਲੱਭਣ ਨਹੀਂ ਡਿਆ ਅਸੀਂ ਕਿਹੜਾ ਮੰਜੀ ਨੂੰ ਪਾਵਾ ਪਾਉਣਾ ਸਾਨੂੰ ਉਹ ਪਾਵਾ ਚਾਹੀਦਾ ਖਾਣ ਵਾਲਾ ਤੁਸੀਂ ਸਿਰ ਚ ਮਾਰਨ ਵਾਲਾ ਦੇਣ ਡਾਏ ਨਹੀਂ ਤੋ ਬੈਲ ਕਾ ਕੀ ਲੈਤੇ ਅੱਛਾ ਜੀ ਉਹਨਾਂ ਦਾ ਲਵਾਂਗਾ ਜੀ ਅਸੀਂ 40,000 ਰੁਪਇਆ ਬੱਚੇ ਦਾ ਹਾਂਜੀ ਬੱਚੇ ਦਾ 40,000 ਰੁਪਇਆ ਤੇ ਨਾਲ ਦੋ ਪਾਵੇ ਇਹ ਜ਼ਿਆਦਾ ਨਹੀਂ ਹੈ ਉਹ ਬਾਜੂ ਵੈੜੇ ਨੂੰ 6 ਲੱਗੇ ਹੁੰਦੇ ਵੀ 4 ਹੁੰਦੇ ਦੋ ਸਾਡੇ ਦੋ ਤੁਹਾਡੇ ਅੱਛਾ ਮਤਲਬ 40,000 ਰੁਪਇਆ ਦੋ ਪਾਏ ਹਾਂਜੀ ਅੱਛਾ ਤਾਂ ਅਗਰ ਬੱਕਰਾ ਕਰਵਾਉਣਾ ਬੱਕਰੇ ਦੇ ਜਨਾਬ ਬੱਕਰਾ ਅਸੀਂ ਜ਼ਿਬਾ ਕਰਾਂਗੇ ਉਹਦਾ ਲਾਵਾਂਗੇ ਅਸੀਂ 10,000 ਰੁਪਇਆ 4 ਪਾਵੇ ਸਿਰੀ ਉਜਰੀ ਤੇ ਕਲੇਜੀ ਉਹ ਸਾਰਾ ਕੁਝ ਸਾਡਾ ਹੋਏਗਾ ਸਾਰਾ ਕੁਝ ਆਪਕਾ ਹੋਗਾ ਸਿਰੀ 4 ਪਾਵੇ ਕਲੇਜੀ ਉਜਰੀ ਸਾਰਾ ਕੁਝ ਤੁਹਾਡਾ ਹਾਂਜੀ ਤੇ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਹੌਸਲਾ ਦੇ ਕੇ ਆ ਜਾਣਾ ਹੌਸਲੇ ਕੋ ਦੇਣਾ ਸਾਰਾ ਬੱਕਰਾ ਉਹਨਾਂ ਦਾ ਹੀ ਅਸੀਂ ਕਿਹੜਾ ਸਾਰਾ ਹੀ ਲੈ ਆਉਣਾ ਸਾਰਾ ਕੁਝ ਲਾ ਕੇ ਵੀ ਸਾਰਾ ਉਹਨਾਂ ਦੀ ਅਸੀਂ ਕਿਹੜਾ ਸਾਰਾ ਲੈਣਾ ਇਹ ਸਾਰਾ ਕਿੰਨਾ ਕਿ ਕਿੰਨਾ ਕਿ ਅਸੀਂ ਤਾਂ ਸਿਰੀ ਲੈਣੀ ਆ ਉਹ ਜੀ ਨਹੀਂ ਲੈਣੀ ਕਲੇਜੀ ਲੈਣੀ ਤੇ 4 ਪਾਵੇ ਲੈ ਲੈਣੇ ਆ ਅੱਛਾ ਤੇ ਹਲੇ ਕੁਝ ਵੀ ਨਹੀਂ ਲਿਆ ਕੁਝ ਤੇ ਹੋਰ ਅਸੀਂ ਕੀ ਲੈਣਾ ਉਹ ਤੁਸੀਂ ਦੱਸੋ ਜਨਾਬ ਤੁਸੀਂ ਕਿੱਧਰ ਆਏ ਹੋ ਮੈਂ ਕਿੱਧਰ ਆਇਆ ਮੈਂ ਤੁਹਾਡੇ ਕੋਲ ਆਇਆ ਤੇ ਭਾਜੀ ਤੁਸੀਂ ਮੇਰੇ ਕੋਲ ਤੇ ਆਏ ਹੋ ਇਹ ਤੁਸੀਂ ਕੀ ਕਰਵਾਉਣ ਆਏ ਹੋ ਮੈਂ ਤਾਂ ਖਾਤ ਜਿਹੜਾ ਵੱਧ ਗਿਆ ਥੋੜਾ ਜਿਹਾ ਖਾਤ ਕਰਵਾਉਣ ਆਇਆ ਥੋੜਾ ਪੁੱਛੇ ਆਪਕੇ ਪਾਸ ਆਇਆ ਕੰਮ ਹੀ ਹੋਗਾ ਕੋਈ ਵੀ ਖਾਤ ਮੈਂ ਫਿਰ ਤੇਰਾ ਛੁਰੀ ਨਾਲ ਹੀ ਕਰਨਾ ਵਾ ਇਹ ਕਿਹੜਾ ਹਮਾਮ ਦੀ ਦੁਕਾਨ ਆ ਹਮਾਮ ਦੀ ਦੁਕਾਨ अच्छा देखो जी गल इस तरह क्या देने वाला जब भी देता देता छप्पड़ पाड़ के छप्पड़ पाड़ के जी शुक्र अल्हम्दुलिल्लाह इस दफा मैं भी अपने लिए 8 ऊंट ले माशाल्लाह वाह जी वाह क्या बात है जी मैं कह जी 8 ऊंट ले ने वाह जी वाह तो बैठे 16 बैठे माशाल्लाह वाह क्या बात है 16 बैठे माशाल्लाह भी ले भाजी नाल किन्ने 24 बकरे ले से दो मार के बेचारे ओहो जी गर्मी बढ़िया मैं क्या माने ਉਹ ਬੋਤਲ ਲੈ ਆਇਓ ਤੂੰ ਨਾਲੇ ਕੁਰਸੀ ਲੈ ਭਾਜੀ ਨੂੰ ਬਿਠਾਓ ਅੰਨੀ ਬੜੀ ਮਿਹਰਬਾਨੀ ਕੋ ਭਾਜੀ ਮੇਰੀ ਗੱਲ ਸੁਣੋ ਤੁਸੀਂ ਗਰਮੀ ਚ ਆਇਓ ਬੈਠੋ ਬੈਠੋ ਕੋਈ ਗੱਲ ਨਹੀਂ ਬਸ ਮੈਂ ਤੁਹਾਡੇ ਕੋਲ ਆਇਆ ਸਾ ਆਰਡਰ ਬੁੱਕ ਕਰਾਣਾ ਸੀ ਉਹ ਜਨਾਬ ਕੋਈ ਨਹੀਂ ਅਸੀਂ ਤੁਹਾਡੇ ਮਜ਼ੇ ਆਣਗੇ ਮੈਂ ਕਿਹਾ ਜੀ ਕਿਆ ਬਾਤ ਹੈ ਜ਼ਬਰਦਸਤ ਕਿਸਮ ਦਾ ਹਾਏ ਹਾਏ ਮੈਂ ਕਿਹਾ ਕਹਿੰਦਾ ਪੁੱਠ ਦੀ ਬੋਟੀ ਹੋਏਗੀ ਜੋ ਜਨਾਬ ਐ ਛੋਟੀ ਛੋਟੀ ਮੈਂ ਕਿਹਾ ਜੀ ਸਾਡੇ ਹੱਥ ਦਾ ਗੋਸ਼ਤ ਕੱਟਿਆ ਐਡੀ ਐਡੀ ਅਸੀਂ ਬੋਟੀ ਕਰਾਂਗੇ ਜਦੋਂ ਖਾਣਦਾਨ ਚ ਤੁਹਾਡੇ ਰਿਸ਼ਤੇਦਾਰ ਮਹੱਲੇਦਾਰ ਗੋਸ਼ਤ ਖਾਣਗੇ ਤੁਹਾਡੀ ਤਬੀਅਤ ਰਾਜ਼ੀ ਹੋ ਜਾਏਗੀ ਕਿਆ ਬਾਤ ਹੈ ਅਬ ਮੈਂ ਕਹਿੰਦਾ ਪੁੱਠ ਦੀ ਬੋਟੀ ਹੋਏਗੀ ਕਾਲੀ ਮਿਰਚ ਦਾ ਤੜਕਾ ਵਾਹ ਵਾਹ ਜੀ ਕਿਆ ਬਾਤ ਹੈ ਮੁੰਡਿਆ ਪੱਖਾ ਹੈ ਹਲੇ ਨਹੀਂ ਹਲੇ ਨਹੀਂ ਪੱਖਾ ਨਹੀਂ ਹਲੇ ਕਿਉਂ ਜੀ ਪੱਖਾ ਸਾਰੀ ਬੋਟੀ ਨਾ ਠੰਡੀ ਹੋਏ ਓਹ ਜਨਾਬ ਨਹੀਂ ਠੰਡੀ ਹੁੰਦੀ ਜਨਾਬ ਤੁਸੀਂ ਵੀਰ ਭਾਈ ਹੋ ਸਾਡੇ ਹੁਣ ਕੋਈ ਖਾਣਾ ਪੀਣਾ ਦੇ ਸਾਨੂੰ ਪਤਾ ਮੈਂ ਨਾਲ ਮੁਰਗੇ ਵੀ ਲੈ ਕੇ ਆਇਆ ਦੋ ਸੀਲ ਡੇੜੇ ਵਾਹ ਵਾਹ ਜੀ ਵਸੀਲ ਕੀ ਬਾਤ ਹੈ ਜੀ ਕੀ ਆਪ ਮੁਰਗੇ ਲੈ ਕੇ ਆਇਆ ਭਾਜੀ ਯਕੀਨ ਕਰੋ ਤੁਸੀਂ ਵੇਖਿਆ ਤੁਹਾਡੀ ਭੁੱਖ ਨਹੀਂ ਲੱਥਣੀ ਮੈਂ ਕਿਹਾ ਜੀ ਕੀ ਬਾਤ ਹੈ ਜੀ ਜਿਨ੍ਹਾਂ ਨੇ ਇੰਨਾ ਕੁਝ ਲਿਆ ਸੀਲ ਮੁਰਗੇ ਵੀ ਤਕੜੇ ਲਿਆਂਦੇ ਹੋਣੇ ਨਸਲੀ ਲਿਆਂਦੇ ਹੋਣੇ ਆ
पानी आ गया होना कितना कुछ है। लो मैं कह रही असि तो हुणे ही राजी हुण कि क्या बात है तुहानू। तुहानू एक गल दसा, एक मसला जी जनाब। वो कहदा मसला? मसला है कि यह सारी बुकिंग है ना जड़ी, हाँ जी, ये अगले साल वास्ते करवाई है। क्यों? ऐतकी तो आपां कुकड़ करना ना, जिन्नी महंगाई है की करने वो मुर्गे करने ना, महंगाई बहुत ज्यादा। आ जेड़े तुसी मेनू ऊंट आ वैड़े अब भाई बकरे गणाए, ये कदों करने हैं? ये अगले साल करांगे ना, ये हले छोटे छोटे ने। मैं कहना मैं पहले तेनू ना कर दवा, इनू मैं किथे रखा? आ जिन्ना कुछ तू मेनू गणाया, मैं तो ज़हनी तौर पर कमेटियां दे बैठा, बिल दे बैठा, घर दे विच एसी लवा बैठा, मैं 1-5 भी लै लिया ज़हनी तौर पर, तू फिर मेनू साइकिल ते लैंदा? नहीं, ये सारा कुछ ताड़ी अगले साल कितनी डबल दिहाड़ी होएगी? ओए अगले साल पता नहीं चीना कि नहीं मरना, मजे हो जाएंगे। ओ कादे मजे होने? मौजा हो जाएंगी। मौजा तो मैं तेरिया मौजा मैं ना करावा, अब भुगता मार के तेरी धौण च। और जिदा मैं आखिरी तक बदतमीजी होंदी? ओ केड़ी बदतमीजी ओए? देखो एक बात, एक गरीब तो बदतमीज, गरीब गरीब बहुता बदतमीज हुंदा, तू सना मजाक करन रहे वा? बकरे गणाउंदे आ, वेड़े गणाउंदे आ, ऊंट गणाउंदे आ, अगली ते कन्ने ऐसी ते तेनू मौत पैंदी है। काली मिर्च होएगी जल्दी, मैं बकरे की खाली नहीं लाउना जिड्डी जल्दी मैं तेरी ला देनी है। काली मिर्च तेरी मुंह च पावा, तेरी अखा च कालिया मिर्चा पावा मैं। केड़े तू बकरे लाए है? साडा सारा मेरा ज़हनी तौर ते मैनू किते दा किते तू लै गया। एसी लवाउणा सी, 1-5 लाना सीगा। जानवर तू कदों लैणा वा? जानवर आ जिहड़े तू ले पहलो ये तो पाल ला, कुछ बणिया होवे ना एडी एडी बोटी दे नाल, किड्डी किड्डी बोटी ना, एडी एडी बोटी दे नाल। आ मैं तेरियां दोवें उंगलां ला दियां जिहनूं तू इंजां नहीं दसदा। ਭਿੰਡੀ ਗੋਸ਼ਤ ਖਾਧੇ ਨੂੰ ਕਿੰਨਾ ਚਿਰ ਹੋਇਆ ਤੈਨੂੰ? ਇਹ ਕਦੀ ਗੋਸ਼ਤ ਖਾਧਾ ਵੀ ਆ? ਅਲਹਮਦੁਲਿਲਾ, ਮੈਨੂੰ ਤਾਂ ਲੱਗਦਾ ਤੂੰ ਸਦਕੇ ਦਾ ਖਾਣਾ ਵਾ, ਮੰਗਲ ਬੋਧ ਵਾਲੇ ਦਿਨ। ਤੇਰੇ ਵਰਗੇ ਬੰਦੇ ਸਿਰਫ ਕੁੱਕੜਾਂ ਦੇ ਪੰਜੇ ਖਾ ਕੇ ਘੂਕ ਸੁੱਤੇ ਹੁੰਦੇ ਆ। ਚੌਧਰੀਆਂ ਨੇ ਰੱਖੇ ਹੁੰਦੇ ਸਿਰਫ, ਤੂੰ ਜਾਂ ਮੈਨੂੰ ਕਿੱਕ ਮਾਰਨੀ, ਹੋਰ ਤੇਰਾ ਕੋਈ ਕੰਮ ਨਹੀਂ। ਤੇਰੇ ਵਰਗੇ ਬੰਦੇ ਸਿਰਫ ਚੌਧਰੀਆਂ ਨੇ ਰੱਖੇ ਹੁੰਦੇ, ਪੁੱਤਰ ਆਏ ਗਏ ਦੀ ਸੇਵਾ ਕਰਨੀ, ਹੋਰ ਕੋਈ ਕੰਮ ਨਹੀਂ। ਤੇਰੇ ਵਰਗੇ ਬੰਦੇ ਸਿਰਫ ਉਹਨਾਂ ਬੱਤੀ ਚੋਂ ਖਲੋ ਕੇ ਸਿਰਫ ਹਾਕਰੀ ਕਰਦੇ, ਲਾਹੌਰੇ ਸ਼ੇਖੂਪੁਰਾ ਬੱਤੀ ਜਾਓਗੇ। ਲੈ ਜੀ ਇਹ ਸੂਰਤ ਹਾਲ ਹੈ, ਹੱਥਲਾ ਆਏ ਪਹਿਲੋ ये सूरत हाल है कि हाल तू तो मेरी सूरत हाल खराब करती है। मार्केट में इस टाइम कोई कारोबार नहीं है, मार्केट में कोई भी काम शाम नहीं है, और ये बिल्कुल वेले बैठे हुए हैं, सुबह से निकम्मे हैं, कोई इनको कारोबार नहीं आता, कोई इनको काम नहीं आता। ये कहते हैं जी मैं कसाई हूँ, लेकिन एक कसाई नहीं है, क्योंकि इनके पास सिर्फ मुर्गियाँ अगर जिबा आपने करवानी है तो आ सकते हैं, इसके अलावा मुर्गियाँ भी तुम्हें करवानी है। तो जिन्ने बंदे सुन रहे हो तुम मेरी सुन लो, जिन्हें सदका देना इनू देना, जिन्हें खरैत देनी इनू देनी, जिन्हें मरे बंदे का सूट देना इनू देना वा, किसी ने कवर कढ़ानी इनू कहना वा। और उस कवर में अगर डालना हो तो इसको डालना है अपने मेजबान, अपने मेजबान जैन बाबू को दीजिए इजाजत। देखते रहिए उर्दू पॉइंट, अल्लाह के बाद।